500 ਦੀ ਗੇਮ ਆ ਸਾਰੀ ਮਨਾਉਣੇ ਆ ਮੈਂ ਚਪੇੜ ਮਾਰੂ ਜੇ ਸਿੰਗਰ ਤੁਹਾਡੇ ਕੋਲ ਆਉਣ ਲੱਗੇ ਨੇ ਲਓ ਜੀ ਆ ਗਿਆ ਹਾਜ਼ਰ ਇਹਦੇ ਖਾਨਦਾਨ ਦੀ ਗੱਲ ਚੱਲਦੀ ਸਵਾਦ ਪੂਰਾ ਲੱਗਦਾ ਇਹ ਵੋਲਿਊਮ ਤੁਹਾਡਾ ਕਿੱਥੇ ਮਤਲਬ ਯਾਰ ਅਮਾ ਮੇਰੀ ਪੱਛੇ ਗੋਗੀ ਲਾਉਣੇ ਆਪਾਂ ਯਾਰ बुरे लगते जे तेरा खास है ऐसे बोल आइंदा कॉलर नहीं पकड़ना दुद लावा जब तक नहीं टपदी टप जाना इत बह जा बह जा ओनू पता लगे कट्टा है भी कट्टे की शक्ल अर गई मामा दे ला ਕਹਿੰਦਾ ਬਹਿ ਜਾ ਹੁਣ ਲੱਗੇ ਕੱਟਾ ਹੈ ਹੋਰ ਕਿ ਕੱਟੇ ਦੀ ਸ਼ਕਲ ਆ ਰਹੀ ਹੈ ਡਰਦੀ ਹੈ ਜੇ ਤੂੰ ਕੱਟੀ ਨਾ ਪਿੱਛੇ ਬੰਨੀ ਹੁੰਦੀ ਸਾਨੂੰ ਤੈਨੂੰ ਆ ਦਾਣਾ ਤੈਨੂੰ ਚੋਣੀ ਪੈਂਦੀ ਮੱਝ ਹਾਂ ਇਹ ਕਹਿੰਦਾ ਸ਼ੁਕਰਦਾਰ ਉਹ ਹੱਲੇ ਬੋਲਦੀਆਂ ਨਹੀਂ ਲੈਣਾ ਉਹਨੇ ਵੀ ਮੂੰਹ ਅੱਡ ਅੱਡ ਦਾ ਬੋਲ ਰਹੀ ਉਹ ਨਹੀਂ ਕਹਿੰਦਾ ਸੀ ਮੱਝਾਂ ਨੇ ਵੀ ਬੇ ਕੁੱਤੇ ਦੀ ਅੱਡ ਮੇਰੇ ਕਿਹਦੇ ਬੋਲਣਾ ਸੀ ਮੈਂ ਕਹਿੰਦਾ ਮੈਂ ਇੰਗਲੈਂਡ ਦਾ ਨਾ ਕਿਹੜਾ ਮਾਰਿਆ ਉਹਨੂੰ ਭੂਆ ਬੈਠੀ ਇੱਥੇ ਨਹੀਂ ਨਹੀਂ ਪਾਪੇ ਦਾ ਤੇਰੇ ਨਾਲ ਚੈਟ ਆ जेट ਹੁੰਦਾ ਨਾ ਜੈਟ ਕਹਤਾ ਮੈਂ ਨਹੀਂ ਮੇਰੇ ਗਾਵਾ ਜਾਂ ਮੈਂ ਨਿਊਜ਼ੀਲੈਂਡ ਬਹੁਤ ਕਬੱਡੀਆਂ ਦੇ ਮੈਚ ਆ ਯਾਰ ਕਿਤੇ ਦਾ ਪ੍ਰਧਾਨ ਕਿਤੇ ਕੋਈ ਇਹ ਤਾਂ ਨਹੀਂ ਇਦਾਂ ਕਰਦਾ ਜਿੱਦਾਂ ਕਿਤੇ ਆਉਂਦਾ ਕਬੱਡੀਆਂ ਦਾ ਮੈਚ ਇਦਾਂ ਕਹਿੰਦਾ ਜਿੱਦਾਂ ਦੋ ਬੱਚਿਆਂ ਦਾ ਮਾਲਕ ਆ ਦੋ ਛੱਟੀਆਂ ਆ ਕਬੱਡੀਆਂ ਦਾ ਮੈਚ ਇਦਾਂ ਰਹਿੰਦਾ ਜਿੱਦਾਂ ਖੁਸ਼ੀ ਦੁੱਲਾ ਹੁੰਦਾ ਹੈ ਓ ਯਾਰ ਮੇਰੇ ਡ੍ਰੀਮ ਸੀ ਯਾਰ ਕਬੱਡੀ ਖੇਡਣ ਦੇ ਮੇਰੇ ਸਾਰੇ ਵਿੱਚ ਹੀ ਰਹਿ ਗਏ ਕੋਈ ਨਹੀਂ ਤੈਨੂੰ ਖਿਲਾ ਦੇਵਾਂਗੇ ਕਰਦੇ ਆ ਆਪਾਂ ਇਦਾਂ ਅਗਲੇ ਕਹਿੰਦੇ ਚੱਕ ਕੇ ਲਿਆਉਣਾ ਪਿਆ ਖਾਣਾ ਖੇਡ ਲਈ ਹੋਰ ਗੱਲ ਕੋਈ ਲਾਉਣਾ ਲਾਉਣਾ ਫੋਨ ਪਲੇਅਰ ਨੂੰ ਕਿਸੇ ਨੂੰ ਕਹਿਣਾ ਗੱਗੀ ਖੀਰੇ ਵਾਲੇ ਭਾਈ ਨੂੰ ਕਰਦਾ ਆਪਾਂ ਮਾਸਾ ਮੱਝਾਂ ਦੇ ਥਣਾ ਨੂੰ ਜੱਫੇ ਪਾਉਣ ਵਾਲਾ ਰਹਿ ਗਿਆ ਮੈਂ ਉਹ ਨਹੀਂ ਕਰਦਾ ਗੱਲ ਦਾ ਟੈਗਟ ਵਾਪਰਾਣਾ ਯੂਪੀ ਜੱਫੇ ਨੂੰ ਭੇਜ ਮੈਂ ਜਾਣਾ ਗੋਪੀ ਨਾਲ ਰਾਜਸਥਾਨ ਨੂੰ ਉੱਥੋਂ ਨਹੀਂ ਮੈਨੂੰ ਕੋਈ ਵੀ ਰੋਕ ਸਕਦਾ जुतियां की मैं गोपी ने करा जेड़ा मुंडा बाहरों आया गोपी ने अपनी पता तुसी मेरी इज्जत नहीं हाल लै बिशन तास भी जाएंगे नाला तू भी जाएगा राजस्थान पांच ही रहना आया मगर बोले ने मुंह मारती और भैया 5000 पहला दिखा ले पहला 5000 दिखाणा पहला 5000 भैया 5000 दिखा दो 5 की आप सात लेके चलेंगे जान दा मैं तेरे गोगी ए चले आ मंगलवार नु मस्ती गोपी मान ला करूगा सिस्टम सोने पूरा मैं जोवा मैं जोवा मेरी गा सुन ए अम्मा चपल मार नहीं सकते मार नहीं सकते मैं पहला मैनू इस गल का जवाब दे इधर मुंह कर तू किदा कहता गालां कढ़ के मैनू तो कभी अज तक नहीं मुंडे ने गाल कढ़ी दसी मैनू तू बड़िया फिरदा बहुत तू मारिया थप्पड़ सीट कर दो तेरा ਸਮਝਦਾ ਕੀ ਆਪਣੇ ਨੂੰ ਮਾਰ ਦਾੜੀ ਤਾਂ ਆਪਣੀ ਜਿੰਨਾ ਅੰਦਰ ਗੱਲ ਕਰ ਇੱਧਰ ਕਰ ਮੈਨਾਂ ਮੂੰਹ
अपने हर पवा ली आ मिल गए साम के रख ला पिछले जन्म च वैम्पायर सी पहला तो लहू पीता सा मैं सस का नहीं लहू पीता नहीं पहला पीता साडे पे दा फिर पीता तो साडा बच्चे नु मैं नहीं किसदा पीता हां हां सच्ची करदे आ तुसी तुसी की समझदे आ किते उत्ते पड़ गए ओ गाऊ आ हां ते तू गाऊ आ हां नाले तेरीया भूआ हां सच भूआ दा की रोला मैं आज तक कदी मासी नु गया मासीया भी निंदिया मेरे भरा भी निंदे मेरा सारा खानदान ने दित्ता जे अज भूआ दी गल आई ते तू मोरे कहण लगा मैं कदी मासीया दी गल कीती मैं मेरा पे गवाह बैठा ओदा मने पुछा जाने मोटरसाइकिल गए नु किन्ने दिन हो गया खा लिया दंदियां बढ़ के खा लिया यार डैडी जा मेरी गल सुन ला पता लग गया आकर रेसा दिंदे ने आना तो खड़ा कर देना हाथ जोड़ के कहना आ चक्को मोड़ दा मेरी गल सुन मैनली मुनली दा सिस्टम की करना मामे दा बहुत कुत्ती शह है मगर ना लगी ਪਿੱਛੇ ਏਦਾਂ ਆ ਆਪਣੇ ਘਰ ਦੇ ਤੁਹਾਡੇ ਟੱਬਰ ਉਹਨਾਂ ਨੇ ਵੀ ਮੈਂ ਦੇਖਿਆ ਤੁਹਾਡੀ ਮਮ ਦਾ ਵੀ ਤੇ ਤੁਹਾਡੇ ਬ੍ਰਦਰ ਦਾ ਵੀ ਤੁਹਾਡੀਆਂ ਹੋਰ ਸਿਸਟਰਾਂ ਦਾ ਤੁਸੀਂ ਇਸ ਚੀਜ਼ ਬਾਰੇ ਤੁਹਾਡਾ ਬੋਲਿੰਗ ਤੁਹਾਡਾ ਬੋਲਿੰਗ ਆ ਤੈਨੂੰ ਖਬਰਾਂ ਵਾਲੇ ਪੁੱਛਣ ਆਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਹਾਲ ਚਾਲ ਹੈ ਜਸਵੀਰ ਕੌਰ ਲੈ 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 ਹਾਂਜੀ ਇਹ ਜਸਵੀਰ ਕੌਰ ਜੀ ਇਹ ਜਿਹੜੇ ਤੁਹਾਡਾ ਨੇਚਰ ਵੇ ਆ ਜਿਹੜਾ ਤੁਹਾਡਾ ਆ ਗਲੇ ਦਾ ਦੂਜਾ ਆ ਇਹ ਤੁਹਾਡਾ ਕਿਥੋਂ ਧੁਰਿਓ ਲਾ ਕੇ ਆਇਆ ਕਿੱਦਾਂ ਮਤਲਬ ਆਇਆ ਸਰ ਮੜੇ ਟੀਵੀ ਵੋਲਿਊਮ ਹੌਲੀ ਕਰੂੰਗੇ ਕਰਿਓ ਸਰ ਮਾਰਿਆ ਥੱਪੜ ਹੈ ਨਾ ਇਹ ਵੋਲਿਊਮ ਤੁਹਾਡਾ ਕਿੱਥੋਂ ਮਤਲਬ ਇਹ ਗੋਡ ਗਿਫਟ ਮਿਲਿਆ ਤੁਹਾਨੂੰ ਆਹੋ ਮਿਲਿਆ ਆ ਦੱਸ ਕਿ ਜਦੋਂ ਤੁਸੀਂ ਪੈਦਾ ਹੋਏ ਸੀ ਤੇ ਗੋਡ ਤੁਹਾਡੇ ਜਿਆਦੀ ਪੇਸੀ ਦੇਤੀ ਸੀ ਸਾਨੂੰ ਜਾਲਾ ਜਿਹੜਾ ਜਿਆਦਾ ਹੀ ਸਾਫ ਹੋ ਗਿਆ ਬਲਾਵਾ ਦੇ ਰਹਿੰਦਾ ਨਾ ਇਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਦੇ ਬ੍ਰਦਰ ਦੀ ਛਾਤੀ ਵੀ ਇਦਾਂ ਮਾਰਦੇ ਐ ਮਤਲੇ ਰੇਲ ਗੱਡੀ ਨਹੀਂ ਜਿੰਨੀਆਂ ਐਟਮਾਂ ਸਾਰੀਆਂ ਤੁਹਾਡੇ ਘਰ ਚ ਜਿੰਨੀਆਂ ਪਹਿਲੀ ਗੱਲ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਆ ਹਾਂ ਤੇ ਇਹ ਜਿੰਨੀਆਂ ਵੀ ਤੁਹਾਡੇ ਕੇ ਘਰ ਦੇ ਮੋਹ ਚ ਰੇਲ ਗੱਡੀਆਂ ਲੰਘਦੀਆਂ ਆ ਤੁਹਾਡੇ ਖਾਨਦਾਨ ਚ ਕੋਈ ਥੱਲੇ ਵੀ ਆਇਆ ਤੂੰ ਮਾਰ ਕੇ ਰਾਜੀ ਆ ਮੈਂ ਕਾਤੇ ਭੈਣੇ ਤੇਰੇ ਭਰਾਵਾਂ ਨੂੰ ਨਾ ਤੇਰੇ ਕਿਸੇ ਨੂੰ ਮਾਰਨਾ ਨਹੀਂ ਮੈਂ ਤੂੰ ਕਿਦਾਂ ਮੈਂ ਮੈਨੇ ਸੁਣ ਚ ਆਇਆ ਨਾ ਕਿ ਜਦੋਂ ਵੀ ਤੁਹਾਡੀ ਲੜਾਈ ਹੁੰਦੀ ਹੈ ਮੈਂ ਚੱਲੀ ਰੇਲ ਗੱਡੀ ਥੱਲੇ ਮੈਂ ਚੱਲਾਂ ਰੇਲ ਗੱਡੀ ਥੱਲੇ ਮਾਰਨਾ ਮੈਂ ਤਾਂ ਪੁੱਛਿਆ ਮੈਂ ਕਿਹਾ ਮੈਂ ਉੱਥੇ ਉਹ ਸਾਲਾ ਗਿਆ ਹੈ ਉੱਥੇ ਰੇਲ ਗੱਡੀ ਉਹ ਤਾਂ ਐਗਾ ਲਵਰ ਨਾਲ ਗਿਆ ਜੀ ਅੱਜ ਤੱਕ ਕੋਈ ਸਾਲਾ ਪੂਰਾ ਨਹੀਂ ਹੋਇਆ ਹੈ ਨਾ ਓਏ ਓ ਸੱਖ ਸੱਖ ਬੋਲ ਮੈਂ ਤੁਹਾਨੂੰ ਇਹ ਪੁੱਛਣਾ ਸੀ ਅਕਲ ਘਰ ਕੋਈ ਓਏ ਚੁੱਪ ਕਰ ਇਹਨੂੰ ਬੰਦ ਕਰ ਪਾਗਲ ਆ ਮੈਂ ਤਾਂ ਤੁਹਾਨੂੰ ਇਹ ਪੁੱਛਣਾ ਸੀ ਮੈਂ ਕਿਹਾ ਉੱਥੇ ਰੇਲ ਗੱਡੀ ਮੋਮ ਦੀ ਬਣਾ ਦਵਾਂ ਤੁਹਾਡੀ ਰੇਲ ਗੱਡੀ ਬਹੁਤ ਮਸ਼ਹੂਰ ਆ ਮੈਂ ਤਾਂ ਕਹਿੰਦਾ ਤੁਹਾਡੇ ਉੱਤੇ ਰੇਲ ਗੱਡੀ ਵਾਲੇ ਤਾਂ ਨਹੀਂ ਭੱਜਦੇ ਭੋਲਾ ਪਾ ਕਿਹਨਾਂ ਦੇ ਘਰੇ ਉਹ ਉੱਥੇ ਪਤਾ ਕੀ ਇਹਨੇ ਕਿਹਨਾਂ ਦੇ ਘਰੇ ਜਾਣਾ ਰੇਲ ਗੱਡੀ ਵਾਲਿਆਂ ਦੇ ਉਹ ਪਤਾ ਕਾਹਦੇ ਕਹਿੰਦੇ ਆ ਉਹ ਤਾਂ ਕਰਕੇ ਇਹਨੇ ਟੱਬਰ ਦੀ ਜਦੋਂ ਲੜਾਈ ਹੁੰਦੀ ਆ ਰੇਲ ਗੱਡੀ ਥੱਲੇ ਚੱਲਦਾ ਉਹ ਪਤਾ ਕੀ ਗੱਲ ਵਾ ਇਹ ਵੀ ਸਟੋਰੀ ਸੁਣ ਲਾ ਸੁਣਾ ਇਹ ਮੌਜੂ ਕਹਿੰਦੇ ਨੇ ਤੁਹਾਡੇ ਰੇਲ ਗੱਡੀ ਦੇ ਸਾਦੇ ਆ ਆ ਬਰਾਵਾ ਇਹ ਵੀ ਸਟੋਰੀ ਸੁਣ ਲਾ ਸੁਣਾ ਗੱਲ ਹੈਗੀ ਇਦਾਂ ਹਾਂ ਰੇਲ ਗੱਡੀ ਹੈਗੀ ਆ ਸਾਡੇ ਪਿੰਡ ਦੇ ਬਿਲਕੁਲ ਕੋਲ ਕੋਲ ਹੈ ਤਾਂ ਮੈਨੂੰ ਵੀ ਪਤਾ ਰੋਡ ਟੱਪ ਕੇ ਨਾਲ ਹੀ ਉਹ ਜਦੋਂ ਕੋਈ ਲੜਦਾ ਹੈ ਮੈਂ ਚੱਲੀ ਗੱਡੀ ਥੱਲੇ ਉਹ ਕਹਿੰਦਾ ਲੱਭਾ ਕਹਿੰਦਾ ਮੈਂ ਚੱਲਿਆ ਗੱਡੀ ਥੱਲੇ ਹਾਂ ਉਹ ਇਹ ਇਹ ਕਹਾਣੀ ਸਾਡੀ ਮਾਂ ਵੀ ਕਹਿੰਦੀ ਸੀ ਮੈਂ ਚੱਲੀ ਗੱਡੀ ਉਹ ਜਾਂਦੇ ਕਿਉਂ ਨਹੀਂ ਠੀਕ ਗੱਲ ਕਰਦੇ ਜਾਣਾ ਉਹ ਹੀ ਗੱਲ ਮੈਂ ਪੁੱਛੀ ਮੈਂ ਕਿਹਾ ਜੇ ਕੋਈ ਸ਼ਹੀਦ ਹੋਇਆ ਤਾਂ ਮੈਂ ਮੋਮ ਦੀ ਬਣਾ ਦਵਾਂ ਉੱਤੇ
ਰੇਲ ਗੱਡੀ ਤੁਹਾਡਾ ਇਤਿਹਾਸ ਰਹਿ ਜੂ ਉਹ ਗੱਡੀ ਬੰਦ ਹੋਈ ਉਹ ਆਉਂਦੀ ਮੇਰੀ ਗੱਲ ਸੁਣ ਰੱਬ ਦਾ ਵਾਸਤਾ ਮੈਂ ਤਾਂ ਕਹਿੰਦਾ ਤੇਰੇ ਭਰਾ ਦਾ ਵਿਆਹ ਹੋਵੇ ਗਾਂ ਵੀ ਇਤਿਹਾਸ ਬਗੇ ਉਹਨਾਂ ਦੇ ਵੀ ਨਿਆੜੇ ਕਹਿਣ ਚੱਲੇ ਰੇਲ ਗੱਡੀ ਥੱਲੇ ਤੇ ਉਹ ਮੋ ਉਹਨਾਂ ਦੀ ਤਿਆਰੀ ਮੈਂ ਤਾਂ ਕਹਿੰਦਾ ਭੈਣ ਮੇਰੀਏ ਤੂੰ ਦੰਦੀ ਆ ਨਾ ਕੱਢ ਆਪਣੇ ਭਰਾ ਦੇ ਗੱਲਾਂ ਤੈਨੂੰ ਵਾਹ ਆਉਂਦੀਆਂ ਮਨੀ ਮੰਮਾ ਜੀ ਮੈਂ ਤਾਂ ਬੋਲਦਾ ਹੀ ਨੀ ਮੈਨੂੰ ਆਹ ਫੁਕਰਾ ਨੀ ਬੋਲਣ ਦਿੰਦਾ ਤੇਰਾ ਤੈਨੂੰ ਪਤਾ ਹੀ ਆ ਪਤਾ ਹਨਾ चरण कित्थे आ मैं धो धो के गोपी नूं पड़ा दवां इन्नी वारी लड़ पैंदियां ने लड़के ने जे मैं मान लो कह दो गोपी नौहां नाल मास दी टुटदा मत भैण भाई नहीं मिलदा पहले जिन्ना दलील तैनू जा डैडी जा जा अगे भी आई को करदा रिहा सारी उम्र साडे मोरे टोर ना मार दे बड़ा कदे नहीं उठदा ए भी जी दे इहदे खानदान दी गल चलदी स्वाद पूरा नहीं आक भाई हे यार मैं सोणा गल्ला मेनू सह सुख दा आया मैं मेरे नानके ट्रेन थले उदो पे तुसी तां के लॉकडाउन लड़िया लॉकडाउन च पता सी ट्रेना बंद आ ना आ ले ला लॉकडाउन किन्ना चिर रहा साल एक रहा साल एक नजारे रहे ना कन्न दुखिया ना किसी का ढिड ना कोई रेल गड्डी थले गया थोड़ी टेंशन ही नहीं थी जिदा रेल गड्डिया चल दया दुए दिन फोन आ गया मेरी मासी नू तंग ना करे कोई वो मेरी लाडली मासी है एक ਉਹ ਮੇਰੀ ਗੱਲ ਸੁਣ ਡੈਡੀ ਮੇਰੀ ਗੱਲ ਸੁਣ ਗੈਸ ਚਲਾਉਣਾ ਸਿੱਖ ਲਾ ਸਾਰੀ ਉਮਰ ਸਟੋਵ ਦੀਆਂ ਪਿੰਨਾਂ ਦੀਆਂ ਉਂਗਲਾਂ ਮਾਰ ਗਿਆ ਨਹੀਂ ਮੈਂ ਉਹਨੂੰ ਨਹੀਂ ਕੁਛ ਕਹਿੰਦੀ ਇਹ ਤਾਂ ਹੈਗਾ ਤੁਸੀਂ ਚੱਲ ਸੱਚੇ ਰੌਲਾ ਤਾਂ ਹੈਗਾ ਉਹ ਤੇ ਜ਼ਰੂਰ ਪੈਂਦਾ ਮੈਨੂੰ ਇਹੀ ਹੈ ਮੈਂ ਇਹਦੇ ਗੱਲ ਚੰਗੀ ਨਹੀਂ ਲੱਗਦੀ ਹੈਗੀ ਜਦੋਂ ਤੁਸੀਂ ਇੱਦਾਂ ਤੁਸੀਂ ਸਾਗ ਸੁਗ ਜੀਣਾ ਦਾ ਖਾਣ ਲੱਗ ਪੈਂਦਾ ਆ ਚਾਚਾ ਕੱਲ ਮੈਂ ਬਾਥਰੂਮ ਕਰਦਾ ਸੀ ਖੜਾ ਉੱਥੇ ਗੰਦਲਾ ਦੇ ਮੇਰੀ ਗੱਲ ਸੁਣ ਸ਼ਰਮ ਕਰ ਨਾ ਸਾਡੀ ਉਹ ਹੀ ਗੰਦਲ ਮੂੰਹ ਚ ਉਹ ਬਸ ਧੋਤੀ ਮੇਰੀ ਗੱਲ ਸੁਣ ਦੇਖਣਾ मैं साग बनाउनी आ आ जिहड़ा साग बनाउनी है ना ये हुंदा आ दो बुढ़िया दा रल के बनाउणा छिलणा सवारना है ना देख मैं कल्ली लगी रहंदी आ करा लो ब्याह अच्छा ब्याह दा हो जू तू ओदी टीवी नूं बुढ़ी किद्दां गया बुढ़ी गया गोपी दो बुढ़िया नूं तू आवा बुढ़ी नहीं कहो बुढ़ी दा मतलब ए आपणे आप नूं ना तुसी कहंदे आ कि मैं हल्ले बुढ़ी हो गई आ लेडीज भी कितने वड्डी गल है किसे कुड़ी नूं कह के देख गल ना पै गई मेरी गल सुन किसे दुकान ते खड़ी कुड़ी कोई सूट लैंदी कही लेडीज जी ऐदन होया अगले बट के थप्पड़ मारना लेडीज किद्दां गया अगली अंगना तू कह नहीं सकदी हां जी जी मेरे साइड ते एक्सक्यूज मी ਐਦਾਂ ਕੋ ਐਕਸਕਿਊਜ਼ ਮੀ ਸੈਡ ਤੇ ਹੋ ਗਏ ਚੁੱਜੂ ਚੁੱਜੂ ਦਾ ਤੁਸੀਂ ਆਪਣੇ ਕੋਲੇ ਰੱਖਾ ਸਾਨੂੰ ਪਤਾ ਨਹੀਂ ਕਿਹੜੀ ਭਾਸ਼ਾ ਬੋਲਦੇ ਤੁਸੀਂ ਖਾਈਆਂ ਸਾਲਾਂ ਦਾ ਮੈਂ ਹੋ ਗਿਆ ਲੈ ਲਓ ਹੁਣ ਨਹੀਂ ਮੈਨੀ ਕੁੜੀ ਤੈਨੂੰ ਬਸ ਉਹ ਖਾਈਆਂ ਦਾ ਹੋ ਗਿਆ ਯਾਰ ਅਮਾ ਤੂੰ ਇਦਾਂ ਨਾ ਕਰ ਮੈਂ ਖਾਈਆਂ ਦਾ ਹੋ ਗਿਆ ਹੈ ਮੇਰੀ ਅਮਾ ਮੈਂ ਕਿੰਨੇ ਸਾਲਾਂ ਦਾ ਹੋ ਗਿਆ ਬਸ ਸਿਸਟਮ ਜਿਹਾ ਲਾਇਆ ਉਦਾਂ ਮੈਂ ਆਪਾਂ ਹੋ ਲੈ ਗਈ ਕਹਿੰਦੀ ਗੋਪੀ ਠਾਈਆਂ ਦਾ ਮੈਂ ਮੰਮੀ ਮੈਂ ਤੂੰ ਤਾਂ ਲੈ ਕਹਿੰਦੀ ਨਿਆਣਾ ਹੀ ਹੈ ਉਹਦਾ ਨਿਆਣਾ ਸਾਲਾ ਰਹਿਣਾ ਹੀ ਹੈ ਜਿੰਨਾ ਮਰਜ਼ੀ ਗੱਲ ਉਹ ਤਾਂ ਨਿਆਣਾ ਹੀ ਹੈ ਹਜੇ ਮੈਂ ਵੀ ਨਿਆਣਾ ਹਾਂ मैं जे मान ला ब्याह करा लिया मैं सारा सोच दिया मैं घर आली दा जे मान ला तेनू रिश्ता अमेरिका का आ जाए तेरे मुंडे नूं तू दस की करूंगी
अजकल जिदा हम चाचा अपना चाची का मगर 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 तू आ कुछ नहीं होना चक रोटी पाती है छड़े नू दिया वो दफा करो पर इथे आके बह जाना मानू मेरे भरा नू इन गल कह रिश्ता रखता मान ला ठीक है तैयारी चल पी माइया शुरू सारा हो गया मान ला जिदन मिलनी होनी आ मामा आऊगा मेरी गाल सुन इन अकल तो है ही नहीं माड़ी है जिदा लाली जी ने जो हरियाली दिखना पानी रगड़ दे हूं कुछ की पवे हूं पवे फिर हले गई
ਸਰੀਲਾ ਚਾਹੀਦਾ ਸੁਣਦੇ ਸਾਰੇ ਭਰਜਾਈ ਸਾਡੀ ਤੇਰੀ ਹੋਵੇ ਵਿਆਹ ਕਰਾ ਲਿਆ ਪਤਾ ਹੀ ਨੀ ਲੱਗਾ ਭਾਜੀ ਇਹ ਅੰਤਰਾ ਕੱਟ ਦਵਾਂਗੇ ਯਾਰ ਬਲੌਕ ਕਰ ਦਵਾਂਗੇ ਯਾਰ ਥੋੜੇ ਕੁ ਦਿਨਾਂ ਤੇ ਨਾ ਵਾਹਿਗੁਰੂ ਮਿਹਰ ਕਰੇ ਅਗਲਾ ਪਾਈਓ ਸਟੇਜ ਵਾਲਾ ਗੱਡੀ ਸੌਰ ਜਾ ਅਗਲਾ ਲਓ ਜੀ ਸਿੰਗਰ ਤੁਹਾਡੇ ਮੂਹਰੇ ਪੇਸ਼ ਕਰਨ ਜਾ ਰਹੇ ਨੇ ਓਏ ਆਵਾਜ਼ ਹੀ ਗੁੱਜ ਦੇ ਆ ਜੀ ਆ ਗਿਆ ਪੰਜਾਂ ਮਿੰਟਾਂ ਜੇ ਸਿੰਗਰ ਤੁਹਾਡੇ ਕੋਲ ਆਉਣ ਲੱਗੇ ਨੇ ਮਗਰ ਏਦਾਂ ਕੋਰਸ ਅਗਲੇ ਪਿੰਡ ਛਿੰਜ ਮੇਲੇ ਦੇ ਤੇਰਾ ਅਖਾੜਾ ਲਵਾ ਅਗਲਾ ਛਿੰਜ ਮੇਲੇ ਅਖਾੜਾ ਬੁੱਕ ਛੋੜ ਰਹੇ ਨੇ ਲੱਗੇ ਨੇ ਦੇਣ ਫੁੱਟ ਰਹੇ ਅਗਲਾ ਅਗਲਾ ਖਾਣਾ ਤੇਰਾ ਬੁੱਕ ਪੱਤਾ ਉਹਦਾ ਐ ਕਿਦਾਂ ਸ਼ੋਅ ਕਰਨਾ ਚਾਹੁੰਦੇ ਨਹੀਂ ਭਰਾਵਾ ਖਾਂਡ ਦੀ ਪਵਾ ਇਹਨੂੰ 2000 ਵਾਲੀ ਬੋਰੀ ਲਿਆ ਦੋ ਇਹਦੀ ਆਵਾਜ਼ ਸੈੱਟ ਕਰਾਓ ਵੀਰੇ ਗੁੜੇ ਖਾ ਲਾ ਕੱਚ ਕੱਚ ਏਦਾਂ ਤੇ ਲਾਉਣੇ ਪੈਂਦੇ ਸਿੰਗਰ ਹਾਂ ਇੱਕ ਤਾਂ ਸੌਖੇ ਹੀ ਆ ਮੁੰਡਾ ਖਵਾ ਕਾ ਕਾ ਹੋਰ ਚੰਦਰ ਯੋ ਫੋਕਸ ਯੋਰ ਮਾਈਕ ਓਕੇ ਕਨਸੈਂਟ੍ਰੇਟ ਯੋ ਓਕੇ ਗੋ ਹਾਂ ਯਾਰ ਖੰਡ ਦੀ ਹੁਣ ਗੱਲ ਆ ਅਸਰ ਤਾਂ ਹੋ ਗਿਆ ਮੜਾ ਜਿਹਾ ਕਾਂ ਤੇ ਇਹਦਾ ਕਾਂ ਨਾਲ ਚੁੰਮੜ ਗਈ ਉਹ ਚੰਨਾ ਵੇ ਮੈਂ ਤਾਂ ਤੇਰੀ ਹੋ ਗਈ ਚੰਨਾ ਵੇ ਆ ਕੋਲੀ ਹੋਰ ਖਾ ਭਰਾ ਅੰਦਰੋਂ ਨਿਕਲਦਾ ਕੋਲੀ ਹੋਰ ਖਾ ਬੋਰੀ ਲਿਆਓ ਖੰਡ ਦੇ ਵੀ ਰਾਹੇ ਰੱਖ ਲੈ ਮੈਂ ਤਾਂ ਪਾਉਣ ਲੱਗਾ ਸੀ ਜਾਨ ਮੇਰੀ ਇਹ ਸੱਚਿਆ ਪਾਸ਼ਾ ਕੱਢ ਦੇ ਅੰਦਰੋਂ ਇਹਦੇ ਕੁਛ ਨਾ ਕੁਛ ਮੈਂ ਤਾਂ ਤੇਰੀ ਮਾ ਚੰਨਾ ਦੁਬਾਰਾ ਇੱਕ ਵਾਰ ਤੇਰੇ ਫਾਬਾ ਆ ਗਿਆ ਸੀ ਹਾਂ ਉਹਨੇ ਦੁਬਾਰਾ ਤੇਰੇ ਖਾਬਾ ਨਹੀਂ ਉਹਦਾ ਕਰ ਲੈ ਉਹ ਸਹੀ ਉਹ ਕਰਦੇ ਆ ਪਾਏ ਚੰਨਾ ਵੇ ਮੈਂ ਤਾਂ ਤੇਰੀ ਹੋ ਗਈ ਚੰਨਾ ਵੇ ਮੈਂ ਤਾਂ ਤੇਰੀ ਹੋ ਗਈ ਜਿੰਨੀ ਖੰਡ ਤੈਨੂੰ ਗਲਾਤੀ 20 ਟੱਬਰਾਂ ਦੀ ਇੱਥੇ ਖਾਂ ਚਾਹ ਬਣ ਜਾਣੀ ਸੀ ਹਾਂ ਯੈਸ ਯੈਸ ਇਟ ਦ ਗੁੱਡ ਯਾ ਯੂ ਨੋ ਦਿਸ ਵਨ ਬਾਅਦ ਉਧਰ ਲਵਾਉਣੇ ਆ ਤੇਰਾ ਕੀ ਹੋਰ ਬਾਬੇ ਦੇਖਦੇ ਆਪਾਂ ਇਹ ਮਾਂ ਸ਼ੇਰਾਂ ਵਾਲੀਏ ਖਿੱਚ ਦੇ ਕੰਮ ਨੂੰ ਸਾਡਾ ਪੂਰਾ ਸਿਗਰਾਂ ਤੋਂ ਸਾਡਾ ਕਹਿੰਦਾ ਤੁਹਾਡਾ ਹੀ ਹੈ ਜੋ ਕੁਛ ਵੀ ਹੈ ਸੋਚਦੀ ਮੈਂ ਸੋਚਾਂ ਮੈਨੂੰ ਆਂਤਰਾ ਉਹ ਰਿਕਾਰਡਿੰਗ ਤੇ ਲਾਇਆ ਭਾਈ ਨਹੀਂ ਇੱਕ ਆਂਤਰਾ